ਉਹ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ ਕਿਸੇ ਤਾਕਤ ਤਲਵਾਰ ਨੂੰ ਮੁੱਖ ਮੰਨਿਆ ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ ਉਹ ਭਾਵੇਂ ਸਾਰੀਆਂ ਹੀ ਗੱਲਾਂ ਚੰਗੀਆਂ ਨੇ ਚੰਗੇ ਗੁਣ ਚੰਗੀਆਂ ਨਿਸ਼ਾਨੀਆਂ ਨੇ ਐ ਭਰ ਤੱਤ ਸਿਆਣਿਆਂ ਕੱਢ ਕਿਹਾ ਉਹ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ ਉਹ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ ਲਓ ਜੀ ਅੱਜ ਅਸੀਂ ਫਿਰ ਮਾਰਸ਼ਲ ਸਿੱਖ ਪੇਜ ਤੋਂ ਲਾਈਵ ਹੋਏ ਹਾਂ ਅੱਜ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਵੱਟਾਂ ਵਾਲੀ ਪੱਗ ਦੇ ਬਾਰੇ ਦੱਸਾਂਗੇ ਔਰ ਇਸ ਚੱਲਦੇ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਹਾਡਾ ਇੱਕ ਸ਼ੇਅਰ ਇਹ ਦਸਤਾਰ ਨੂੰ ਘਰ ਘਰ ਤੱਕ ਪਹੁੰਚਾ ਸਕੇ ਲਓ ਜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਵੱਟਾਂ ਵਾਲੀ ਪੱਗ ਦੀ ਪੂਰੀ ਕਰਨ ਦਾ ਤਰੀਕਾ ਜਿਹੜਾ ਆਪਣੀ ਪੱਗ ਦਾ ਉਹ ਆਪਾਂ ਜਿਹੜਾ ਸੇਮ ਹੀ ਰੱਖਣਾ ਵਾ ਜਿਹੜੀਆਂ ਦੂਜੀਆਂ ਪੱਗਾਂ ਦਾ ਆਪਾਂ ਤਰੀਕਾ ਰੱਖਦੇ ਹਾਂ ਸੇਮ ਤਰੀਕਾ ਆਪਾਂ ਉਹ ਰੱਖਣਾ ਪੂਰੀ ਦਾ ਆ ਦੇਖੋ ਜੀ ਜਿਹੜੇ ਆਪਣੇ ਦੋ ਪੇਜ ਆਪਣੇ ਆ ਜਿਹੜੇ ਇਸੇ ਤਰੀਕੇ ਨਾਲ ਹੀ ਆਪਾਂ ਜਿਹੜੇ ਇਹ ਅੱਖ ਦੇ ਉੱਪਰ ਲੈ ਕੇ ਆਉਣੇ ਆ ਹੁਣ ਤਾਂ ਚੁੱਕੀ ਜਾਣ ਆ ਦੇਖੋ ਆ ਦੇਖੋ ਜੀ ਆਪਣੇ ਪਹਿਲਾਂ ਜਿਹੜੇ ਪੇਜ ਆ ਉਹ ਸਾਫ ਨੇ ਪੇਜ ਵੇਖੋ ਕਿਹੜੇ ਤਰੀਕੇ ਦੇ ਨਾਲ ਲੈ ਕੇ ਆਏ ਨੇ ਸਿਰ ਦੇ ਉੱਪਰੋਂ ਦੀ ਜਿਹੜਾ ਪੇਜ ਆ ਅਸੀਂ ਆਪ ਜੀ ਨੂੰ ਦੱਸਾਂਗੇ ਆ ਵੇਖੋ ਜੀ ਪਹਿਲਾਂ ਆਪ ਜੀ ਨੂੰ ਦੱਸਿਆ ਜਾਵੇਗਾ ਜੀ ਕਿਹੜੇ ਤਰੀਕੇ ਦੇ ਨਾਲ ਸਿਰ ਦੇ ਉੱਪਰੋਂ ਦੀ ਆਪਾਂ ਪੇਜ ਘੁਮਾ ਕੇ ਲੈ ਕੇ ਆਏ ਹਾਂ ਜੀ ਆ ਵੇਖੋ ਜੀ ਇਸ ਤਰੀਕੇ ਨਾਲ ਆਪਾਂ ਜਿਹੜਾ ਪੇਜ ਉਹ ਲੈ ਕੇ ਆਉਣਾ ਵਾ ਦੇਖੋ ਜੀ ਆਪਣੇ ਜਿਹੜੇ ਪਹਿਲੇ ਪੇਜ ਦੇ ਵਿੱਚ ਜਿੰਨੇ ਵੀ ਵੱਟ ਆਪਣੇ ਤੋਂ ਪੈਂਦੇ ਆਪਾਂ ਉਹਨੇ ਪਾ ਲੈਣੇ ਆ ਵੱਟ ਪਾਉਣ ਦਾ ਵੇਖੋ ਜੀ ਸਭ ਤੋਂ ਵਧੀਆ ਅਤੇ ਸੌਖਾ ਤਰੀਕਾ ਫਿਰ ਦੱਸਿਓ ਜੀ ਵੱਟ ਕਿਹੜੇ ਤਰੀਕੇ ਦੇ ਨਾਲ ਪੈ ਰਹੇ ਹਾਂ ਆ ਵੇਖੋ ਜੀ ਸਾਡੇ ਨਾਲ ਇਸ ਚੱਲਦੇ ਲਾਈਵ ਦੇ ਵਿੱਚ ਵੀ ਰੈਡ ਹੋ ਰਹੇ ਨੇ ਆ ਦੇਖੋ ਆਪਾਂ ਜਿਹੜਾ ਹੁਣ ਜਿਹੜਾ ਇੱਥੇ ਆਪਾਂ ਨਿੱਕਾ ਛੋਟਾ ਕੱਪੜਾ ਆਪਾਂ ਜਿਹੜਾ ਆਪਾਂ ਤੈਅ ਮਾਰ ਕੇ ਜਿਹੜਾ ਆਪਾਂ ਰੱਖਣਾ ਵਾ ਇੱਥੇ ਤਾਂ ਜੋ ਆਪਣੀ ਪੱਗ ਦੀ ਜਿਹੜੀ ਸ਼ੇਪ ਆ ਉਹ ਵਧੀਆ ਬਣ ਸਕੇ ਆ ਵੇਖੋ ਜੀ ਔਰ ਇੱਕ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਵਾ ਵੀ ਜਦੋਂ ਵੀ ਆਪਾਂ ਦਸਤਾਰ ਸਜਾਉਣੀ ਆ ਦਸਤਾਰ ਸਜਾਉਣ ਵੇਲੇ ਸਾਡਾ ਜਿਹੜਾ ਪੱਗ ਦਾ ਪਹਿਲਾ ਲੜ ਵਾ ਉਹਦੇ ਨਾਲ ਅਸੀਂ ਹਾਫ ਅੱਖ ਕਵਰ ਕਰਨੀ ਆ ਤਾਂ ਜੋ ਕਿਸੇ ਵੀਰਾਂ ਦੀ ਜਿਹੜੀ ਪੱਗ ਹੁੰਦੀ ਆ ਉਹ ਅੱਖ ਦੇ ਉੱਪਰੋਂ ਉੱਚੀ ਉੱਠ ਜਾਂਦੀ ਆ ਇਵੇਂ ਜਦੋਂ ਆਪਾਂ ਹਾਫ ਅੱਖ 'ਤੇ ਆਪਾਂ ਪਹਿਲਾ ਪੱਲਾ ਲੈ ਕੇ ਆਵਾਂਗੇ ਬੜੇ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਕਿਸ ਤਰੀਕੇ ਨਾਲ ਜਿਹੜਾ ਆਪਣਾ ਦੂਸਰਾ ਪੇਜ ਆ ਇਸ ਤਰੀਕੇ ਨਾਲ ਆਪਣੀਆਂ ਜਿਹੜੀਆਂ ਪੱਗ ਦੀਆਂ ਦੋ ਤਹਿਵਾਂ ਜਿਹੜੀਆਂ ਆਪਾਂ ਬਣਾਈਆਂ ਵਾ ਪੂਣੀ ਦੇ ਵਿੱਚ ਉਹਨਾਂ ਨੂੰ ਹੀ ਆਪਾਂ ਜਿਹੜਾ ਆਪਾਂ ਖੋਲ੍ਹ ਲੈਣਾ ਵਾ ਇਸੇ ਤਰੀਕੇ ਨਾਲ ਆਪਾਂ ਵੱਟ ਪਾਉਣੇ ਆ ਦੇਖੋ ਵੱਟ ਪਾਉਣ ਦਾ ਤਰੀਕਾ ਵੇਖੋ ਜੀ ਪਹਿਲਾਂ ਇੰਜ ਆਪਾਂ ਨਿੱਕੇ ਨਿੱਕੇ ਵੱਟ ਆਪਾਂ ਜਿਹੜੇ ਉਹ ਇਕੱਠੇ ਕਰਨੇ ਆ ਇੱਕ ਥਾਂ 'ਤੇ ਜਿਹੜੇ ਆਪਾਂ ਜੋੜ ਦੇਣੇ ਵੱਟ ਉੱਪਰੋਂ ਆਪਾਂ ਇੱਥੋਂ ਪੇਜ ਸ਼ੁਰੂ ਕਰਨਾ ਵਾ ਦੇਖੋ ਕਿੱਡੇ ਸੌਖੇ ਤਰੀਕੇ ਨਾਲ ਜਿਹੜੇ ਆਪਣੇ ਜਿਹੜੇ ਵੱਟ ਆ ਉਹ ਪੈ ਰਹੇ ਨੇ ਪੱਗ ਦੇ ਵਿੱਚ ਇੱਥੇ ਆਪਾਂ ਜਿਹੜਾ ਆਪਾਂ ਅੰਦਰ ਨੂੰ ਜਿਹੜਾ ਪੇਜ ਆਪਾਂ ਮੋੜ ਦਿੰਦੇ ਹਾਂ ਨਾ ਉਹ ਨਹੀਂ ਆਪਾਂ ਫੋਲਡ ਪੇਜ ਨੂੰ ਆਪਾਂ ਫੋਲਡ ਨਹੀਂ ਕਰਨਾ ਅੰਦਰ ਬਾਅਦ ਨੂੰ ਬਾਈ ਚਾਂਸ ਜੇ ਤੁਹਾਨੂੰ ਇੱਥੇ ਪਿੰਨ ਲਾਉਣ ਦੀ ਜੇ ਲੋੜ ਪੈਂਦੀ ਹੈ ਤਾਂ ਤੁਸੀਂ ਪਿੰਨ ਵੀ ਇੱਥੇ ਲਗਾ ਸਕਦੇ ਜੀ ਪਿੱਛੇ ਵੀ ਦੇਖੋ ਜੀ ਜਿਹੜੇ ਆਪਾਂ ਜਿਹੜੀ ਪੇਜ ਨੂੰ ਆਪਾਂ ਕਿਸ ਤਰੀਕੇ ਨਾਲ ਆਪਾਂ ਨੱਪਣਾ ਵਾ ਪੇਜ ਨੂੰ ਆਪ ਜੀ ਨੂੰ ਦੱਸਿਆ ਗਿਆ ਸੀ ਵੀ ਜਦੋਂ ਵੀ ਪੱਗ ਦਾ ਲੜ ਲੈ ਕੇ ਆਉਣਾ ਸਭ ਤੋਂ ਪਹਿਲਾਂ ਜਿਹੜਾ ਲੜ ਸੀ ਆ ਵੇਖੋ ਜੀ ਉਹਦੇ ਨਾਲ ਸਾਡਾ ਅਕੰਨ ਦੇ ਉੱਪਰੋਂ ਦੀ ਅਸੀਂ ਲੜ ਲੈ ਕੇ ਆਏ ਸੀ ਹੁਣ ਵੇਖੋ ਜੀ ਆਹ ਜਿਹੜੇ ਲੜ ਵਾ ਪੱਗ ਦੇ ਕਿਹੜੇ ਤਰੀਕੇ ਦੇ ਨਾਲ ਅਸੀਂ ਲੈ ਕੇ ਆ ਰਹੇ ਹਾਂ ਦੇਖੋ ਹੁਣ ਆਪਾਂ ਜਿਹੜਾ ਪਹਿਲਾ ਪੇਜ ਆਪਾਂ ਤਹਿ ਦਾ ਉਹਨੂੰ ਆਪਾਂ ਖੋਲ੍ਹ ਲੈਣਾ ਵਾ ਤਾਂ ਜੋ ਆਪਣੇ ਜਿਹੜੇ ਵੱਟ ਨੇ ਉਹ ਆਪਣੇ ਜ਼ਿਆਦਾ ਪੈ ਸਕਣ ਆ ਦੇਖੋ ਇਸ ਤਰੀਕੇ ਨਾਲ ਆਪਾਂ ਜਿਹੜੇ ਨਿੱਕੇ ਨਿੱਕੇ ਵੱਟ ਆ ਉਹ ਆਪਾਂ ਕਵਰ ਕਰਨੇ ਇੱਕ ਦੋ ਤਿੰਨ ਇਸੇ ਤਰੀਕੇ ਨਾਲ ਹੀ ਆਪਾਂ ਜਿਹੜੇ ਵੱਟ ਆਪਾਂ ਇਕੱਠੇ ਕਰ ਲੈਣੇ ਨੇ ਆ ਦੇਖੋ ਇਸੇ ਤਰੀਕੇ ਨਾਲ ਆਪਾਂ ਜਿਹੜੇ ਵੱਟ ਆਪਾਂ ਕਰੀ ਜਾਣੇ ਨੇ ਇਕੱਠੇ ਆ ਵੇਖੋ ਆਪਣਾ ਜਿਹੜਾ ਪੱਗ ਦਾ ਤੀਸਰਾ ਪੇਜ ਆ ਉਹ ਆ ਚੁੱਕਾ ਵਾ
ਤੇ ਵੱਧ ਤੋਂ ਵੱਧ ਜਿਹੜੀ ਵੀਡੀਓ ਤੁਸੀਂ ਸ਼ੇਅਰ ਵੀ ਕਰੀ ਜਾਓ ਤਾਂ ਜੋ ਕਿਸੇ ਹੋਰ ਨੂੰ ਵੀ ਪਤਾ ਚੱਲ ਸਕੇ ਪੱਗ ਦਾ ਕਿਸ ਤਰ੍ਹਾਂ ਪੱਗ ਜਿਹੜੀ ਆਪਾਂ ਸਜਾਉਣੀ ਵੱਟਾਂ ਵਾਲੀ ਪੱਗ ਆ ਦੇਖੋ ਆਪਣਾ ਜਿਹੜਾ ਚੌਥਾ ਪੇਜ ਆ ਜਿਹੜਾ ਆਪਣਾ ਦੇਖੋ ਕਿਸ ਤਰੀਕੇ ਨਾਲ ਆਪਾਂ ਜਿਹੜਾ ਪੇਜ ਨੂੰ ਆਪਾਂ ਖੋਲ ਲੈਣਾ ਜ਼ਿਆਦਾ ਵੱਟ ਪਾਉਣ ਵਾਸਤੇ ਪੇਜ ਨੂੰ ਖੋਲਣਾ ਪੈਣਾ ਆਪਾਂ ਨੂੰ ਦੇਖੋ ਵੇਖੋ ਕਿਸ ਤਰੀਕੇ ਨਾਲ ਆਪਾਂ ਜਿਹੜੇ ਨਿੱਘੇ ਨਿੱਘੇ ਵੱਟ ਆਪਾਂ ਜਿਹੜੇ ਇਕੱਠੇ ਕੀਤੇ ਆ ਇਹਨਾਂ ਨੂੰ ਫਿਰ ਆਪਾਂ ਇਸ ਤਰੀਕੇ ਨਾਲ ਆਪਾਂ ਦਬਾ ਦੇਣਾ ਪੇਜ ਨੂੰ ਜਿਹੜੇ ਵੱਟ ਜਿਹੜੇ ਅੰਦਰ ਬਾਹਰ ਨੇ ਇਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਬਾਹਰ ਨੂੰ ਆਪਾਂ ਕੱਢਣਾ ਵੱਟਾਂ ਨੂੰ ਦੇਖੋ ਜੀ ਇਸੇ ਤਰੀਕੇ ਨਾਲ ਜਿਹੜੀ ਆਪਾਂ ਜਿਹੜੀ ਵੱਟਾਂ ਵਾਲੀ ਪੱਗ ਆਪਾਂ ਸਜਾਈ ਜਾਣੀ ਆ ਚੌਦਾਂ ਦੇ ਕਰੀਬ ਸਾਨੂੰ ਵੀਰ ਦੇਖ ਰਹੇ ਨੇ ਔਰ ਆਪ ਜੀ ਨੂੰ ਦੱਸਿਆ ਜਾਵੇਗਾ ਜੀ ਵੇਖੋ 50 ਛੋਟੀ ਕਰਨ ਦਾ ਤਰੀਕਾ ਪਹਿਲਾਂ ਆਪ ਜੀ ਨੂੰ ਦੱਸਿਆ ਗਿਆ ਬੜੇ ਹੀ ਸੌਖੇ ਤਰੀਕੇ ਦੇ ਨਾਲ ਵੱਟ ਪਾਉਣ ਦਾ ਤਰੀਕਾ ਇਸ ਤਰੀਕੇ ਨਾਲ ਨਹੀਂ ਆਪਾਂ 50 ਨੂੰ ਆਪਾਂ ਜਿਹੜਾ ਉੱਪਰ ਨੂੰ ਚੁੱਕਣਾ ਆਪਾਂ ਇੱਥੋਂ ਚੁੱਕਣਾ 50 ਨੂੰ ਦੇਖੋ ਜੀ ਬਾਜ ਕਿਹੜੇ ਤਰੀਕੇ ਦੇ ਨਾਲ ਪੱਗ ਦੇ ਵਿੱਚ ਆਪਾਂ ਖੜ ਕੇ ਕਿਹੜੇ ਤਰੀਕੇ ਦੇ ਨਾਲ 50 ਨੂੰ ਆਪਾਂ ਉੱਚਾ ਚੱਕਣਾ ਜੀ ਵੇਖੋ ਜੀ ਛੋਟੀ 50 ਕਰਨ ਦਾ ਤਰੀਕਾ ਔਰ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿੱਥੋਂ ਜਿੱਥੋਂ ਵੀ ਵੀਰ ਸਾਡੇ ਨਾਲ ਇਸ ਚੱਲਦੇ ਲਾਈਵ ਦੇ ਵਿੱਚ ਐਡ ਹੋਏ ਨੇ ਕਿਰਪਾ ਕਰਕੇ ਉਹ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਸਾਨੂੰ ਜ਼ਰੂਰ ਦੱਸਣ ਤਾਂ ਜੋ ਸਾਨੂੰ ਪਤਾ ਲੱਗ ਸਕੇ ਵੀ ਸਾਡੇ ਨਾਲ ਕਿੱਥੋਂ ਕਿੱਥੋਂ ਵੀਰ ਐਡ ਹੋਏ ਨੇ ਔਰ ਹਰ ਇੱਕ ਵੀਰ ਜੋ ਵੇਖ ਰਿਹਾ ਹੈ ਇਸ ਚੱਲਦੇ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਦਸਤਾਰ ਸਿਖਾਉਣ ਦਾ ਉਪਰਾਲਾ ਘਰ ਘਰ ਤੱਕ ਪਹੁੰਚ ਸਕੇ ਜੀ ਸਾਡੇ ਨਾਲ ਜਿਹੜੇ ਵੀਰ ਦਸਤਾਰ ਸਜਾ ਰਹੇ ਨੇ ਅਰਜਨ ਸਿੰਘ ਸਰਹਾਲੀ ਜੋ ਮਾਰਸ਼ਲ ਸਿੱਖ ਪੇਜ ਤੋਂ ਲਾਈਵ ਹੋਏ ਨੇ ਸਾਡੇ ਨਾਲ ਵੀਰ ਵੇਖੋ ਜੀ ਇਸ ਤਰੀਕੇ ਨਾਲ ਆਪਾਂ ਜਿਹੜਾ ਆਪਣਾ ਹੁਣ ਪੇਜ ਆ ਪਹਿਲਾਂ ਆਪ ਜੀ ਨੂੰ ਦੱਸਿਆ ਗਿਆ ਸੀ ਵੀ ਵੇਖੋ ਵੱਟ ਕਿਹੜੇ ਤਰੀਕੇ ਦੇ ਨਾਲ ਔਰ ਇੱਕ ਗੱਲ ਹੋਰ ਸਭ ਤੋਂ ਵਧੀਆ ਅਤੇ ਵੱਖਰੀ ਵੀ ਆਪ ਜੀ ਨੂੰ ਇਸ ਤੋਂ ਵੀ ਵਧੀਆ ਤਰੀਕੇ ਦੇ ਨਾਲ ਵੱਟ ਲਾਸਟ 'ਤੇ ਦੱਸਿਆ ਜਾਏਗਾ ਵੀ ਬਰੀਕ ਵੱਟ ਪੱਗ ਦੀ ਪਿੰਨ ਦੇ ਨਾਲ ਕਿਵੇਂ ਪਾਉਣੇ ਨੇ ਜੀ ਵੇਖੋ ਜੀ ਬੈਕ ਸਾਈਡ ਤੋਂ ਜਿਹੜੇ ਪੇਜ ਉਹ ਵਿਖਾ ਦਿਓ ਕਿਸ ਤਰੀਕੇ ਨਾਲ ਵੇਖੋ ਜੀ ਪਿਛਲੀ ਸਾਈਡ ਤੋਂ ਕਿਹੜੇ ਤਰੀਕੇ ਦੇ ਨਾਲ ਵੇਖੋ ਜੀ ਆਪਾਂ ਪੇਜ ਬਣਾਉਣੇ ਨੇ ਵੇਖੋ ਜਿਸ ਤਰੀਕੇ ਦੇ ਨਾਲ ਇੱਥੋਂ ਵੱਟ ਪੈ ਰਹੇ ਨੇ ਜਾਂ ਪੱਗ ਦੀ ਸ਼ੇਪ ਆ ਰਹੀ ਆ ਉਸੇ ਤਰੀਕੇ ਦੇ ਨਾਲ ਆਪ ਜੀ ਇੱਥੋਂ ਦੇਖ ਸਕਦੇ ਹੋ ਦੇਖੋ ਜੀ ਸਿਰ ਦੇ ਉੱਪਰ ਜਿਹੜੇ ਆਪਾਂ ਵਲ ਲੈ ਕੇ ਆਉਣੇ ਆ ਇਸ ਪੱਗ ਨੂੰ ਆਪਾਂ ਕਵਾਂਗੇ ਜੀ ਸੈਮੀ ਪਟਿਆਲਾ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਵਾ ਵੀ ਇੱਧਰ ਦੇਖੋ ਆਹ ਵੱਟ ਪੈਣ ਦੇ ਨਾਲ ਨਾਲ ਪੱਗ ਉੱਪਰ ਨੂੰ ਜਾ ਰਹੀ ਆ ਥੋੜ੍ਹੀ ਇੱਧਰ ਔਰ ਇੱਧਰਲੀ ਸਾਈਡ 'ਤੇ ਆ ਪੇਜ ਵੇਖੋ ਜੀ ਕਿਹੜੇ ਤਰੀਕੇ ਦੇ ਨਾਲ ਸਪੇਸ ਪਾ ਕੇ ਆਪਾਂ ਪੇਜਾਂ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਆ ਪੇਜ ਥੋੜ੍ਹੇ ਥੋੜ੍ਹੇ ਕਰਕੇ ਪੇਜ ਥੱਲੇ ਨੂੰ ਆਈ ਜਾਣੇ ਨੇ ਵੇਖੋ ਵਿਖਾਓ ਜੀ ਇੱਧਰ ਆ ਪੱਗ ਦੇ ਉੱਪਰਲੇ ਪਾਸੇ ਜਿਹੜੇ ਪੇਜ ਆ ਰਹੇ ਨੇ ਜੀ ਵੇਖੋ ਔਸ ਆਪਣਾ ਜਿਹੜਾ ਹੁਣ ਜਿਹੜਾ ਪੰਜਵਾਂ ਪੇਜ ਆ ਪੱਗ ਦਾ ਉਹ ਆਉਣ ਲੱਗਾ ਵਾ ਵੱਟਾਂ ਵਾਲੀ ਪੱਗ ਜੀ ਜਿਹੜੀ ਆਪ ਜੀ ਨੂੰ ਆਪਾਂ ਦੱਸ ਰਹੇ ਹਾਂ ਜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪ ਜੀ ਨੂੰ ਦੱਸ ਰਹੇ ਹਾਂ ਵੱਟਾਂ ਵਾਲੀ ਪੱਗ ਦੇਖੋ ਵੱਟ ਆਪਾਂ ਕਿਸ ਤਰੀਕੇ ਨਾਲ ਪਾਉਣੇ ਪੇਜ ਨੂੰ ਆਪਾਂ ਜਿਹੜਾ ਆਪਾਂ ਖੋਲ੍ਹ ਲੈਣਾ ਵਾ ਵੇਖੋ ਜੀ ਪੇਜ ਕਿਹੜੇ ਤਰੀਕੇ ਦੇ ਨਾਲ ਖੋਲ੍ਹ ਰਿਹਾ ਜੀ ਵੇਖੋ ਜੀ ਵੱਟ ਪਾਉਣ ਦਾ ਤਰੀਕਾ ਜੀ ਇੱਧਰ ਵੇਖੋ 1 2 3 4 5 ਜਿੰਨਾ ਸਾਡਾ ਦਿਲ ਕਰਦਾ ਜਿੰਨੇ ਬਰੀਕ ਵੱਟ ਅਸੀਂ ਪਾਉਣਾ ਚਾਹੁੰਦੇ ਉਸੇ ਤਰੀਕੇ ਦੇ ਨਾਲ ਹੀ ਵੱਟ ਪੈਣਗੇ ਜੀ ਵੇਖੋ ਸੌਖੇ ਤਰੀਕੇ ਦੇ ਨਾਲ ਵੱਟ ਪਾਉਣ ਦਾ ਤਰੀਕਾ ਜਿਹੜਾ ਆਪ ਜੀ ਨੂੰ ਦੱਸ ਰਹੇ ਹਾਂ ਜੀ ਅਸੀਂ ਚੱਲਦੇ ਲਾਈਵ ਦੇ ਵਿੱਚ
और इस चलते लाइव नू वध तो वध शेयर किया जाए जी। साढ़े नाल वीर ऐड ने जगदीप सिंह सरहाली, जतेंद्र सिंह वीर, गुरनिशान संधु सरहाली साहब सरहाली तो साढ़े नाल वीर ऐड ने, जसकरण सिंह राठौर पटियाले तो वीर ऐड ने, धन्यवाद वीर जी बहुत बहुत थोड़ा। आ वेखो जी फिर आप जी नू मैं आप जी नू कहांगा भी ये सौखे तरीके दे नाल ये पल्ला चाहे थोड़ा जिहा उतार के दस दिओ। आ वेखो जी पटियाले तो भी वीर साढ़े नाल ऐड ने कुछ वीर, धन्यवाद वीर जी। जगदीप सिंह सरहाली 27 दे करीब, सारे वीरां नू बेनती आ भी इस चलदे लाइव नू वध तो वध शेयर किया जाए तां जो ये दस्तार सिखाउण दा उपराला घर घर तक पहुँच सके जी। जिथों जिथों वीर साढ़े नाल ऐड हो रहे ने, मलकीत नंडा, जतेंद्र सिंह, अमरीत कौर, देखो किस तरीके नाल आपां जिहड़े वट आपां कवर करदे आ। आ वट पाउण दा तरीका वेखो जी, 30 दे करीब साढ़े नाल वीर ऐड ने, आप जी नू बहुत ही सौखे तरीके दे नाल आ वेखो जी वट पाउण दा तरीका जो आप जी नू दस रहे हां जी। ਇਹ ਆਪਣੀ ਜਿਹੜੀ ਪਟਿਆਲਾ ਸ਼ਾਹੀ ਪੱਗ ਜਿਹੜੀ ਆਪਣੀ ਬਚ ਚੁੱਕੀ ਆ, ਬੈਕ ਸਾਈਡ ਤੋਂ ਜਿਹੜੇ ਪੇਜ ਆਪਾਂ ਜਿਹੜੇ ਆਪਾਂ ਦਿਖਾ ਦਿਓ ਵੀਰਾਂ ਨੂੰ। ਆ ਵੇਖੋ ਜੀ ਵੱਟ ਕਿਹੜੇ ਤਰੀਕੇ ਦੇ ਨਾਲ ਪੈਣੇ ਆ ਜੀ। ਆ ਲਾਸਟ ਵਾਲਾ ਪੱਲਾ ਜੋ ਆਪਾਂ ਲਿਆ ਰਹੇ ਹਾਂ ਜੀ ਪੱਗ ਦੇ ਵਿੱਚ, ਔਰ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿੱਥੋਂ ਜਿੱਥੋਂ ਵੀਰ ਸਾਡੇ ਨਾਲ ਐਡ ਨੇ ਸਾਨੂੰ ਕਿਰਪਾ ਕਰਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਂ ਜਿੱਥੋਂ ਜਿੱਥੋਂ ਵੀਰ ਐਡ ਨੇ ਤਾਂ ਜੋ ਸਾਨੂੰ ਪਤਾ ਲੱਗ ਸਕੇ ਵੀ ਕਿੱਥੋਂ ਕਿੱਥੋਂ ਵੀਰ ਐਡ ਨੇ, ਅਤੇ ਬਹੁਤ ਹੀ ਸਾਨੂੰ ਖੁਸ਼ੀ ਹੋਵੇਗੀ। ਜਿੱਥੋਂ ਜਿੱਥੋਂ ਵੀ ਵੀਰ ਐਡ ਨੇ ਕਿਰਪਾ ਕਰਕੇ ਆਪਣੇ ਪਿੰਡਾਂ ਸ਼ਹਿਰਾਂ ਦਾ ਨਾਮ ਜ਼ਰੂਰ ਦੱਸੋ, ਔਰ ਇਸ ਚੱਲਦੇ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਤੁਹਾਡਾ ਇੱਕ ਸ਼ੇਅਰ ਘਰ ਘਰ ਤੱਕ ਦਸਤਾਰ ਪਹੁੰਚਾ ਸਕਦਾ ਜੀ, ਤਾਂ ਜੋ ਦਸਤਾਰ ਬੰਨ੍ਹਣ ਤੋਂ ਕੋਈ ਵਾਂਝਾ ਨਾ ਰਹਿ ਸਕੇ ਜੀ। ਆ ਵੇਖੋ ਜੀ ਵੱਟ ਪਾਉਣ ਦਾ ਤਰੀਕਾ, ਔਰ ਲਾਸਟ 'ਤੇ ਅਸੀਂ ਆਪ ਜੀ ਨੂੰ ਦੱਸਾਂਗੇ ਜੀ ਵੀ ਕਿਹੜੇ ਤਰੀਕੇ ਦੇ ਨਾਲ ਪੱਗ ਦੀ ਪਿੰਨ ਦੇ ਨਾਲ ਵੱਟ ਪਾਉਣੇ ਨੇ ਜੀ। ਇਸ ਤੋਂ ਵੀ ਬਰੀਕ ਜਿਹੜੇ ਆਪਾਂ ਵੱਟ ਕਿਸ ਤਰੀਕੇ ਨਾਲ ਕਰਨੇ ਨੇ। 35 ਦੇ ਕਰੀਬ ਸਾਡੇ ਨਾਲ ਵੀਰ ਐਡ ਨੇ, ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇਸ ਚੱਲਦੇ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਦਸਤਾਰ ਸਿਖਾਉਣ ਦਾ ਉਪਰਾਲਾ, ਦਸਤਾਰ ਸਜਾਉਣ ਦਾ ਉਪਰਾਲਾ ਘਰ ਘਰ ਤੱਕ ਪਹੁੰਚ ਸਕੇ ਜੀ। ਇਸ ਪੱਗ ਨੂੰ ਆਪਾਂ ਸਟਾਈਲ ਨੂੰ ਨਾਮ ਦੇਵਾਂਗੇ ਜੀ ਸੈਮੀ ਪਟਿਆਲਾ। ਆ ਵੇਖੋ ਜੀ ਆ ਵੇਖੋ ਜੀ ਵੱਟ ਜਿਹੜੇ ਪੈ ਰਹੇ ਨੇ ਜੀ। ਕਿਸ ਤਰੀਕੇ ਨਾਲ ਹੁਣ ਆਪਾਂ ਪਿੰਨ ਦੇ ਨਾਲ ਵੱਟ ਜਿਹੜੇ ਆਪਾਂ ਪਾਉਣੇ ਆ। ਆ ਵੇਖੋ ਜੀ ਇੱਕ ਨਵੀਂ ਚੀਜ਼ ਆਪ ਜੀ ਨੂੰ ਆਪਾਂ ਦੱਸ ਰਹੇ ਹਾਂ ਜੀ ਅੱਜ। ਆ ਵੇਖੋ ਜੀ ਪੱਗ ਦੀ ਪਿੰਨ ਕਿਹੜੇ ਤਰੀਕੇ ਨਾਲ ਆਪ ਜੀ ਦੱਸੋ ਵੀ ਟੇਢੀ ਕਿਹੜੇ ਤਰੀਕੇ ਦੇ ਨਾਲ ਕਰਕੇ ਵੱਟ ਪਾਉਣੇ ਨੇ ਜੀ। ਆਪਾਂ ਆ ਤਰੀਕੇ ਨਾਲ ਸਿੱਧੀ ਪਿੰਨਣੀ ਆਪਾਂ ਜਿਹੜੀ ਪੇਜਾਂ ਦੇ ਵਿੱਚ ਮਾਰਨੀ, ਆਪਾਂ ਟੇਢੇ ਤਰੀਕੇ ਨਾਲ ਆਪਾਂ ਪਿੰਨ 50 ਦੇ ਕਰੀਬ ਸਾਡੇ ਨਾਲ ਵੀਰ ਐਡ ਹੋ ਚੁੱਕੇ ਨੇ। ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇਸ ਚੱਲਦੇ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਨਾਈਸ ਜੀ ਸਿਟੀ ਕਰਤਾਰਪੁਰ ਡਿਸਟ੍ਰਿਕਟ ਜਲੰਧਰ, ਇੰਦਰਪਾਲ ਸਿੰਘ ਸੈਣੀ ਜੀ, ਧੰਨਵਾਦ ਵੀਰ ਜੀ ਬਹੁਤ ਬਹੁਤ ਤੁਹਾਡਾ। ਆ ਵੇਖੋ ਜੀ ਪੱਗ ਦੀ ਪਿੰਨ ਦੇ ਨਾਲ ਕਿਹੜੇ ਤਰੀਕੇ ਦੇ ਨਾਲ ਵੀਰ ਵੱਟ ਪਾ ਰਹੇ ਨੇ ਜੀ, ਬਹੁਤ ਹੀ ਸੌਖੇ ਤਰੀਕੇ ਦੇ ਨਾਲ। ਆ ਵੇਖੋ ਆਪਾਂ ਲਿਫਾ ਕੇ ਜਿਹੜਾ ਕੁਝ ਵੀਰ ਜਿਵੇਂ ਸਾਨੂੰ ਕਹਿੰਦੇ ਨੇ ਵੀ ਸਾਨੂੰ ਵੀਰ ਜੀ ਵੱਟ ਪਾਉਣ ਦਾ ਤਰੀਕਾ ਨਹੀਂ ਆ ਰਿਹਾ, ਪਰ ਉਹਨਾਂ ਨੂੰ ਅਸੀਂ ਬੜੇ ਹੀ ਸੌਖੇ ਤਰੀਕੇ ਦੇ ਨਾਲ ਦੱਸ ਰਹੇ ਹਾਂ ਜੀ। ਆਹ ਵੇਖੋ ਪੱਗ ਦੀ ਪਿੰਨ ਦੇ ਨਾਲ ਵੱਟ ਕਿਵੇਂ ਪਾਉਣੇ ਨੇ ਜੀ। ਆਹ ਦੇਖੋ ਕਿਸ ਤਰੀਕੇ ਨਾਲ ਕਿੱਡੇ ਸੌਖੇ ਤਰੀਕੇ ਨਾਲ ਜਿਹੜੇ ਵੱਟੋ ਪੈ ਰਹੇ ਨੇ ਪੱਗ ਦੇ ਵਿੱਚ। ਆਹ ਵੇਖੋ ਜੀ ਅਤੇ ਲਾਈਵ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰਨ ਦੀ ਕਿਰਪਾਲਤਾ ਜਿਹੜੀ ਕਰੀ ਜਾਓ ਤੁਸੀਂ, ਤਾਂ ਜੋ ਹੋਰ ਵੀ ਕੋਈ ਇਸ ਪੱਗ ਬਾਰੇ ਸਿੱਖ ਸਕੇ ਵੱਟ ਕਿਸ ਤਰੀਕੇ ਨਾਲ ਪਹਿਨੇ ਨੇ।
वेखो जी वट पाउण दा बरीक वट पाउण दा तरीका आ देखो इस तरीके नाल ही आपां सारी पग दे विच जिहड़े आपां वट जिहड़े पाउणे ने बहुत ही सौखे तरीके नाल जिहड़े आपां वट जिहड़े आ पा रहे आ हिमाचल तो आ वेखो जी क्या बात आ जी आ बरीक वेखो जी किस तरीके दे नाल वट पै रहे ने जी पग दे विच बड़े ही सौखे तरीके दे नाल असीं आप जी नूं दसांगे पग दे विच वट पाउण दा तरीका आ वेखो जी किन्ने बरीक और वधिया तरीके दे नाल पग दे विच वट पाए गए ने सारे वीरां नूं बेनती आ भी असीं चलदे लाइव नूं वध तो वध शेयर करो थोड़ी जी 50 छोटी जद 50 छोटी होएगी पग होर भी वधिया ज़्यादा लगेगी आ वेखो जी कर दिओ जी सौखे तरीके दे नाल वट्टां वाली दस्तार जी जिन्हों आपां सैमी पटियाला भी कह सकते हैं जी इत्थे आपां पिन भी आपां जिहड़ी आपां ला सकते हैं सब तो पहला पिन लाउणी है जी जिथों आपां पग्गे पग दे पल्ले नूं इत्थों घुमा के लै के जावांगे जी वेखो जी आ पल्ला जिहड़ा आपां जिहड़ा लास्ट पेज अपना जिहड़ा लाउणा वा इस तरीके नाल लाउणा देखो हाफ जिहड़ा आपां थल्ले उहनूं फोल्ड करना हाफ उपरों आपां फोल्ड करना पेज नूं आ वेखो जी वट किहड़े तरीके दे नाल पाए गए ने इस पग दे विच आ वेखो जी 40 दे करीब साढ़े नाल वीर ऐड ने गुरदीप मानकू वेरी नाइस वीर जी खमाणो सिटी जिहड़े अपने इत्थे वट जिहड़े देखदे इन्हां नूं आपां इस तरीके नाल आपां थल्ले भी कर सकदे आ चढ़दी कला धन्नवाद वीर जी खमाणो तो साढ़े नाल फतेहगढ़ साहिब तो वीर ऐड ने गुरदीप मानकू धन्नवाद वीर जी और सारे वीरां नूं बेनती आ भी इस चलते लाइव नूं वध तो वध शेयर करो ता जो दस्तार सिखाउण दा उपराला घर घर तक पहुँच सके जी आ वेखो जी सौखे तरीके दे नाल दस्तार सिखाउण दा उपराला साढ़े वीरां वल्लों कीता जा रहा ते सारे वीरां नूं बेनती आ भी इस चलते लाइव नूं वध तो वध शेयर करो और जेड़े जेड़े भी वीर साढ़े नाल ऐड ने वो कृपा करके अपने पिंड या शहर का नाम दसन जी कितों कितों ऐड ने ता जो सानू पता लग सके भी केड़ी सिटी तो केड़े पिंड तो केड़े कंट्री तो साढ़े नाल वीर ऐड ने जिन्हें भी वीर 45 दे करीब इस चलते लाइव नू देख रहे ने उन्हां वीरां नू बेनती आ भी चलते लाइव नू वध तो वध शेयर करो जी आ वेखो जी आ वेखो जी 50 सेंटर दे विच लियाउण दा सौखा तरीका आ वेखो सीधा पल्ला भी कई वीरां दी फरमाइश सी पिछले लाइव दे विच भी सानू सीधा पल्ला लाउणा सिखाया जावे और इस अज चलदे लाइव दे विच आप जी नूं सीधा पल्ला ला के दिखाया गया जी आ वेखो लो जी सिर कवर करन दा तरीका जी आ वेखो जी केड़े तरीके दे नाल पल्ले नूं आपां लड़ नूं जिहड़ा उपर वल खोल के आपां जिहड़ा सारा आपां जिहड़ा पेज इस तरीके नाल खोल लेना वा आ वेखो जी 33 दे करीब साढ़े नाल वीर ऐड ने
लो जी दस्तार सज चुकी है पटियाला, जिन्हों आप सैमी पटियाला कह देवे जी, वटा वाली दस्तार बहुत ही सौखे तरीके दे नाल, क्योंकि सानू पिछले लाइव दे विच बड़े वीरां दी फोन गर्म हो गया। आ वेखो जी सौखे तरीके दे नाल सजाई गई सैमी पटियाला दस्तार। और वीरां नू बेनती आ भी चलदे लाइव नू वध तो वध शेयर करो जी। ऐसी अज दी अपनी जिहड़ी वटा वाली दस्तार, अगले लाइव दे विच आपां कमेंट के दस सकते किहड़ा स्टाइल आप अगले लाइव लैके आईए। सो कमेंट करके तुसीं जरूर दसना। तो अज का लाइव इत्थे ही आपां जिहड़ा आपां समाप्त करते हैं। ओके जी, वाहिगुरू जी का खालसा, वाहिगुरू जी की फतह।